ਜੀ ਫਿਰ ਦੋਸਤੋ ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਇੱਕ ਹੋਰ ਵਧੀਆ ਜਿਹਾ ਵਲੌਗ ਤੁਹਾਡਾ ਆਪਣਾ ਚੈਨਲ ਮਿਸਟਰ ਐਂਡ ਮਿਸਿਜ਼ ਜੀ। ਔਰ ਹੋਪ ਤੋਂ ਸਾਰਿਆਂ ਨੇ ਬਹੁਤ ਵਧੀਆ ਹੋਵੋਗੇ। ਅਤੇ 6 ਵਜੇ ਆ, ਮੈਂ ਕੰਮ ਤੋਂ ਆ ਚੁੱਕੀ ਹਾਂ। ਆ ਕੇ ਮੈਂ ਸਭ ਤੋਂ ਪਹਿਲੇ ਤਾਂ ਬਈ ਟਰਾਊਜ਼ਰ ਵਗੈਰਾ ਬਦਲੇ, ਐਡੀ ਗਰਮੀ ਆ ਨਾ, ਕੱਪੜੇ ਖਾਣ ਨੂੰ ਪੈਂਦੇ ਆ। ਮੇਰਾ ਮੂੰਹ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਰਿਹਾ ਹੈਗਾ, ਮੈਂ ਜਸਟ ਆਉਂਦੀ ਜੋ ਹੈ ਮਸ਼ੀਨ 'ਚੋਂ ਕੱਢ ਕੇ ਕੱਪੜੇ ਸੁੱਕਣੇ ਪਏ ਆ। ਹੁਣ ਮਸ਼ੀਨ 'ਚ ਮੈਂ ਕੱਪੜੇ ਪਾ ਕੇ ਆਈ ਹਾਂ। ਅਨਾਜ਼ ਹਜੇ ਟਿਊਸ਼ਨ ਤੋਂ ਆਈ ਨਹੀਂ, ਆਉਣ ਵਾਲੀ ਹੋਏਗੀ, 5-7 ਮਿੰਟ ਆ ਜੂਗੀ। ਅਤੇ ਹੁਣ ਰੱਖਣ ਲੱਗੇ ਹਾਂ ਚਾਹ, ਕਿਉਂਕਿ ਥੋੜ੍ਹੇ ਮੁੰਡਿਆਂ ਨੂੰ ਵੀ ਦੇਣੀ ਆ, ਮੈਨੂੰ ਵੀ ਭੁੱਖ ਲੱਗੀ ਆ। ਅਤੇ ਸਾਡੇ ਕੁੰਡੇ ਦੀਦੀ ਧੋ ਗਏ ਸੀਗੇ ਆ ਕੇ, ਅਤੇ ਚਾਹ ਬਣਾ ਕੇ ਡਿਨਰ ਵਗੈਰਾ ਦਾ ਸੋਚਣਾ ਆ ਕਿ ਅੱਜ ਡਿਨਰ 'ਚ ਕੀ ਬਣਾਉਣਾ ਆ। ਅਤੇ ਮੈਂ ਹੁਣੇ ਹੁਣੇ ਮੰਮੀ ਨਾਲ ਗੱਲ ਕਰਕੇ ਹਟੀ ਸੀ। ਅਨਾਜ਼ ਦੇ ਆਉਣ ਤੋਂ ਪਹਿਲਾਂ ਮੈਂ ਕਮਰਾ ਥੋੜ੍ਹਾ ਠੰਡਾ ਕਰਕੇ ਰੱਖਾਂ, ਕਿਉਂਕਿ ਉਹਨੂੰ ਆਉਂਦੇ ਨੂੰ ਉਹ ਵੀ ਪਸੀਨੋ ਪਸੀਨੀ ਵਿਚਾਰੀ ਬਹੁਤ ਜ਼ਿਆਦਾ ਹੋਈ ਹੁੰਦੀ ਆ, ਹੈ ਨਾ, ਮੱਤ ਵੱਜੀ ਹੁੰਦੀ ਆ ਉਹਦੀ ਵੀ। ਥੋੜ੍ਹਾ ਕਮਰਾ ਠੰਡਾ ਹੋਏਗਾ ਅਤੇ ਬੈਠ ਜਾਏਗੀ। ਸੱਚੀ ਬਾਏ ਗੋਡ, ਬਹੁਤ ਜ਼ਿਆਦਾ ਗਰਮੀ ਹੈ। ਸ਼ੁੱਕਰਵਾਰ ਬਾਰਿਸ਼ ਆਈ ਸੀ ਸਵੇਰੇ ਬਹੁਤ ਤੇਜ਼। ਸ਼ੁੱਕਰਵਾਰ ਤੋਂ ਬਾਅਦ ਅੱਜ 4 ਦਿਨ ਹੋ ਗਏ, ਮੰਗਲਵਾਰ ਹੋ ਗਿਆ, ਕੋਈ ਬਾਰਿਸ਼ ਨਹੀਂ ਆਈ। ਬਾਕੀ ਮੰਮੀ ਆ ਹੁਣੇ ਫੋਨ 'ਤੇ ਗੱਲ ਕਰਕੇ ਹਟੀਆਂ, ਪੁੱਛ ਕੇ ਹਟੀਆਂ ਕੁਛ ਖਾਧਾ ਪੀਤਾ ਕਿ ਨਹੀਂ, ਕਿਉਂਕਿ ਫਿਰ ਜੇ ਮੈਂ ਹੁਣ ਚਲੀ ਗਈ ਨਾ ਤਾਂ ਰੋਟੀ ਪਾਣੀ ਸਭ ਲੇਟ ਹੋ ਜਾਏਗਾ। ਅਤੇ ਮੈਂ ਇੱਕੋ ਵਾਰੀ ਰੋਟੀ ਰੋਟੀ ਬਣਾ ਕੇ ਫਿਰ ਮੰਮਾ ਕੋਲ ਜਾਂਦੀ ਹੁੰਦੀ ਹਾਂ। ਅਤੇ ਆਹ ਕੱਪੜੇ ਤੈਅ ਲਾਉਣੇ ਆ ਧੋਤੇ ਹੋਏ। ਸਵੇਰੇ ਵੀ ਮੇਰੀ ਐਡੀ ਕੁ ਜ਼ਿਆਦਾ ਮਤਲਬ ਰੇਲ ਬਣਦੀ ਹੈ ਨਾ, ਤੁਸੀਂ ਇਹ ਲਾ ਲਓ, ਅੱਜ ਮੈਂ ਸਵੇਰੇ ਭੁੱਖੀ ਗਈ, ਮੈਨੂੰ ਬ੍ਰੇਕਫਾਸਟ ਕਰਨ ਦਾ ਬਿਲਕੁਲ ਟਾਈਮ ਨਹੀਂ ਮਿਲਿਆ। ਲੱਡੂ ਆ ਗਿਆ ਟਿਊਸ਼ਨ ਤੋਂ, ਚੋਨਾ ਮੇਰਾ ਲੱਦਾ ਆਏ ਆਏ, ਆਜੋ ਆਜੋ ਆਜੋ, ਕਰਾ ਪੜ੍ਹਾਈ ਟਿਊਸ਼ਨ ਤੋਂ, ਆਓ ਫਿਰ ਜੱਫੀ ਪਾਈਏ। ਇਹ ਨਾ ਅੱਜ ਆਪਣੇ ਹੀ ਲੈ ਕੇ ਆਈ ਹੈ ਸੈਂਡਲ, ਇਹ ਨਾ ਕੱਲ੍ਹ ਕਿਸੇ ਦੂਸਰੇ ਬੱਚੇ ਦੇ ਸੈਂਡਲ ਪਾਈ ਸੀ ਆਪਣੇ, ਉਹਨੂੰ ਦੇ ਆਈ ਸੀ, ਕੱਲ੍ਹ ਸੈਂਡਲ ਚੇਂਜ ਹੋ ਗਏ ਸੀ ਇਹਦੇ, ਅੱਜ ਹੁਣ ਆਪਣੇ ਲੈ ਕੇ। ਪੂਰੇ ਖੋਲਦੀ ਆ ਦੇਖੋ, ਪੂਰੇ, ਵੈਰੀ ਗੁੱਡ, ਆਪੇ ਆਪ ਆਪਣੇ ਹੀ ਲੈ ਕੇ ਆਈ ਆ, ਵੈਰੀ ਗੁੱਡ। ਮੈਂ ਇੱਛੂ ਨਹੀਂ ਆ ਗਈ ਜੀ, ਮੈਂ ਇਹ 'ਚ ਹੀ ਲਾਇਆ ਤੁਹਾਡੇ ਕਰਕੇ, ਮੈਂ ਕਿਹਾ ਮੈਂ ਠੰਡਾ ਕਰਦਾ ਰੂਮ ਲੱਡੂ ਦੇ ਆਉਣ ਤੱਕ, ਹੈ ਲੱਡੂ, ਮੈਂ ਲੱਡੂ ਦੇ ਆਉਣ ਤੱਕ ਰੂਮ ਠੰਡਾ ਠੰਡਾ ਕਰਦਾ, ਠੰਡਾ ਠੰਡਾ। ਭੁੱਖ ਲੱਗੀ ਜੀ, ਕੀ ਖਾਣਾ ਸੀ? ਪਾਣੀ ਪੀਣਾ
ਛੱਪੜ ਹੋ ਗਿਆ, ਖਤਮ ਨਹੀਂ ਹੋ ਗਿਆ, ਛੱਪੜ ਹੋ ਗਿਆ, ਛੱਪੜ ਬਾਂਦਰ ਮੇਰਾ, ਬਾਂਦਰ ਵਾਂਗ ਟਪੂਸੀ ਮਾਰ ਕੇ ਚੜ ਗਈ ਉੱਤੇ, ਚੱਲ ਆਹ ਹਾਂ ਲੈ ਚੱਲ ਕੀ ਲਾ ਕੇ ਦਵਾਂ ਟੀਵੀ ਦੇ, ਲਿਆ ਬਹਿ ਜਾ ਖੋਲ, ਇਹਦੀ ਕਾਪੀਆਂ ਵੀ ਦੇਖ ਲਈ ਅਸੀਂ ਹੈ ਨਾ ਨਾਲ ਦੇ ਨਾਲ। ਚਲੋ ਜੀ ਇਹਨੂੰ ਮੈਂ ਮਾਸ਼ਿਆਂ ਦਾ ਬੀਅਰ ਲਾਤਾ, ਹੁਣ ਨਾ ਇਹਦਾ ਇੰਨਾ ਕੁ ਹੋ ਗਿਆ ਆ ਕਿ ਥੋੜ੍ਹਾ ਥੋੜ੍ਹਾ ਕਾਰਟੂਨ ਦੇਖਣਾ ਇਹਨੇ ਸ਼ੁਰੂ ਕਰਤਾ, ਥੋੜ੍ਹਾ ਥੋੜ੍ਹਾ ਕਾਰਟੂਨ ਦੇਖ ਲੈਂਦੀ ਆ। ਸੋ ਹੁਣ ਕੀ ਕਰਦੀ ਹਾਂ, ਅੱਜ ਨਾ ਮੈਂ ਸਵੇਰੇ ਆਟਾ ਗੁੰਨ ਕੇ ਗਈ, ਆਟਾ ਮੇਰੇ ਤੋਂ ਥੋੜ੍ਹਾ ਟਾਈਟ ਗੁੰਨ ਹੋ ਗਿਆ ਸੀਗਾ, ਅਤੇ ਆਟਾ ਟਾਈਟ ਗੁੰਨ ਹੋ ਗਿਆ ਸੀ ਅਤੇ ਮੈਂ ਸੋਚ ਰਹੀ ਆਟਾ ਕੱਢ ਕੇ ਰੱਖਾਂ, ਸਮਾਨ ਹੀ ਬੜਾ ਪਿਆ ਫਰਿੱਜ ਦੇ ਅੰਦਰ, ਹੈ ਕਮਾਲ ਹੀ ਹੋਈ ਪਈ ਆ। ਸਾਡੇ ਘਰੇ ਨਾ ਲੱਸੀ ਪਈ ਹੋਈ ਆ ਅਤੇ ਮੈਂ ਸੋਚ ਰਹੀ ਹਾਂ ਕਿ ਮੈਂ ਕੜੀ ਬਣਾ ਲਵਾਂ, ਹੈ ਨਾ ਥੋੜ੍ਹਾ ਫਰਿੱਜ ਵੀ ਖਾਲੀ ਹੋ ਜਾਏਗਾ। ਬਟ ਮੈਨੂੰ ਥੋੜ੍ਹੀ ਜਿਹੀ ਮੰਮੀ ਤੋਂ ਗਾਈਡੈਂਸ ਲੈਣੀ ਪੈਣੀ ਆ ਇਹਦੇ ਪਿੱਛੇ ਕਿ ਮੰਮੀ ਕਿੰਨਾ ਬੇਸਣ ਬੇਸਣ ਪੈਣਾ, ਬਾਕੀ ਸਭ ਤੋਂ ਮੈਂ ਕਰ ਲਵਾਂਗੀ, ਬਟ ਮੈਨੂੰ ਥੋੜ੍ਹੀ ਜਿਹੀ ਗਾਈਡੈਂਸ ਚਾਹੀਦੀ ਆ। ਸੋ ਮੈਂ ਪੁੱਛ ਕੇ ਦੇਖਦੀ ਹਾਂ ਫਿਰ ਉਸ ਹਿਸਾਬ ਨਾਲ ਮੈਂ ਸਬਜ਼ੀਆਂ ਬਣਾ ਲਵਾਂਗੀ, ਹੈ ਨਾ। ਨਾਲ ਦੇ ਨਾਲ ਆਪਾਂ ਭਾਂਡੇ ਲਾ ਲਈਏ, ਹੈ ਨਾ, ਅਤੇ ਫਿਰ ਸਬਜ਼ੀ ਦਾ ਸੋਚਦੇ ਹਾਂ ਕੀ ਕਰਨਾ। ਚਲੋ ਜੀ ਚਾਹ ਆਪਣੀ ਬਣਦੀ ਪਈ, ਮੈਂ ਨਾ ਤੁਹਾਨੂੰ ਦਿਖਾਵਾਂ ਇਹ ਵਾਲਾ ਜ਼ਿਆਦਾ ਗੰਦਾ ਹੁੰਦਾ, ਇਹ ਨਾ ਪਾਪਾ ਨੇ ਕਵਰ ਕਰਨ ਦੇ ਸਟੈਂਡ ਮੰਗਵਾਏ ਸੀ, ਇਹ ਨਹੀਂ ਐਡਾ ਗੰਦਾ ਹੁੰਦਾ, ਇਹ ਮੈਨੂੰ ਲੱਗਦਾ ਇਸ ਕਰਕੇ ਜ਼ਿਆਦਾ ਗੰਦਾ ਹੁੰਦਾ। ਇਹਨੂੰ ਮੈਂ ਵੈਸੇ ਆਲਮੋਸਟ ਰੋਜ਼ ਧੋਂਦੀ ਰਹਿੰਦੀ ਹਾਂ, ਥੱਲੇ ਵਾਲੀ ਪਲੇਟ ਵੀ ਸਾਫ਼ ਕਰਨ ਵਾਲੀ ਹੋਈ ਹੋਈ ਆ, ਅਤੇ ਬਟ ਮੇਰੇ ਹਿਸਾਬ ਨਾਲ ਇਹ 'ਚ ਨਾ ਤਵਾ ਰੱਖ ਕੇ ਰੋਟੀ ਬਣਦੀ ਨਾ ਤਾਂ ਇਹ ਜ਼ਿਆਦਾ ਕਾਲਾ ਹੁੰਦਾ, ਇਹ ਨਹੀਂ ਹੁੰਦਾ, ਇਹ ਇੱਦਾਂ ਹੀ ਰਹਿੰਦਾ। ਇਹਨੂੰ ਮੈਂ ਦੋ ਚਾਰ ਵਾਰੀ ਦੋਨੋਂ ਪਲੇਟਾਂ ਥੱਲੇ ਵਾਲੀਆਂ ਵੀ ਧੋਣ ਵਾਲੀਆਂ, ਪਰ ਉੱਪਰ ਵਾਲੀਆਂ ਮੈਂ ਦੋ ਕੁ ਵਾਰ ਧੋ ਚੁੱਕੀ ਹਾਂ, ਪਰ ਉਹ ਜ਼ਿਆਦਾ ਕਾਲਾ ਹੁੰਦਾ ਮੇਰੇ ਹਿਸਾਬ ਨਾਲ, ਉੱਤੇ ਤਵਾ ਰੱਖਿਆ ਜਾਂਦਾ ਤਾਂ। ਆ ਗਈ ਹਾਂਜੀ ਹੋਮਵਰਕ ਦੇ ਕੇ ਆਈ ਹਾਂ, ਕਿਉਂਕਿ ਉਹਨੂੰ ਟਿਊਸ਼ਨ ਤੋਂ ਵੀ ਮਿਲਿਆ, ਸਕੂਲ ਤੋਂ ਵੀ ਮਿਲਿਆ, ਅਤੇ ਮੈਂ ਕਿਹਾ ਦੋਨੋਂ ਕਾਪੀਆਂ ਦਾ ਹੋਮਵਰਕ ਲੈ, ਕਹਿੰਦੀ ਆਪ ਤਾਂ ਮੁੰਜੇ ਟੀ ਵੀ ਵੀ ਨਹੀਂ ਦੇਖਣੇ ਦਿੱਤੀ। ਮੈਂ ਕਿਹਾ ਪਹਿਲੇ ਹੋਮਵਰਕ ਕਰ ਲਓ ਫਿਰ ਟੀ ਵੀ ਦੇਖ ਲਿਓ, ਅਤੇ ਮੈਂ ਚਾਹ ਦਾ ਸੇਕ ਕੀਤਾ ਹੋਇਆ ਸੀ ਕੱਟ, ਹੁਣ ਮੈਂ ਆ ਕੇ ਤੇਜ਼ ਕੀਤਾ, ਮੈਂ ਬਣ ਲਿਆ ਫਟਾਫਟ ਚਾਹ। ਯਾਰ ਇਸ 'ਤੇ ਕਮੈਂਟ ਨਾ ਕਰਨਾ, ਠੀਕ ਹੈ ਮੈਂ ਸਾਫ਼ ਕਰ ਲਵਾਂਗੀ ਜਦੋਂ ਮੈਨੂੰ ਟਾਈਮ ਮਿਲੇਗਾ ਨਾ। ਮੈਂ ਪਰਸੋਂ ਸਾਫ਼ ਕੀਤਾ ਸੀਗਾ, ਇੱਥੇ ਮੇਰੇ ਹਿਸਾਬ ਨਾਲ ਰੋਟੀਆਂ ਬਣਦੀਆਂ ਤਾਂ ਇਹ ਜ਼ਿਆਦਾ ਕਾਲਾ ਹੁੰਦਾ, ਉਹ ਨਹੀਂ ਹੁੰਦਾ ਦੇਖੋ ਉਹ ਗੂੜਾ ਹੈ ਨਾ, ਇੱਥੇ ਰੋਟੀਆਂ ਬਣਦੀਆਂ ਤਾਂ ਇਹ ਵਾਲਾ ਫਲਿੰਗ ਜ਼ਿਆਦਾ ਕਾਲਾ ਹੁੰਦਾ। ਚਲੋ ਆਪ ਮੈਂ ਲਾ ਰਹੀ ਹੂੰ, ਹੋਮਵਰਕ ਕੰਪਲੀਟ ਕਰੋ ਮੈਂ ਦੇ ਰਹੀ ਹੂੰ ਮੰਮ, ਠੀਕ ਹੈ ਚਲੋ। ਅੱਜ ਨਾ ਮੈਂ ਸਵੇਰੇ ਜਦੋਂ ਇਹਨੂੰ ਰੇਡੀ ਕਰਕੇ ਸਕੂਲ ਭੇਜਿਆ ਨਾ, ਅਤੇ ਇੱਕ ਥੈਲੇ 'ਚ ਇਹਦੇ ਕੱਪੜੇ ਭੇਜ ਦਿੱਤੇ ਸੀ, ਇੱਦਾਂ ਪਜਾਮੀ ਟੀ ਸ਼ਰਟ। ਹਾਂਜੀ ਦੇ ਰਹੀ ਹੂੰ ਇੱਕ ਗਲਾਸ ਪਾਣੀ, ਹੋਮਵਰਕ ਕੰਪਲੀਟ ਕਰੋ। ਅਤੇ ਮੈਂ ਨਾ ਇਹਦਾ ਇੱਕ ਪਜਾਮੀ ਟੀ ਸ਼ਰਟ ਭੇਜਤੀ ਸੀ, ਮੈਂ ਕਿਹਾ ਜਦੋਂ ਇਹਨੂੰ ਟਿਊਸ਼ਨ ਭੇਜੋ ਨਾ ਤਾਂ ਚੇਂਜ ਕਰਕੇ ਭੇਜਣਾ, ਐਕਚੁਅਲੀ ਕਾਲੇ ਦੇ ਕੱਪੜੇ ਬਹੁਤ ਜ਼ਿਆਦਾ ਗੰਦੇ ਸੀਗੇ, ਸੋ ਮੈਂ ਕਿਹਾ ਹੁਣ ਨਾ ਚੇਂਜ ਕਰਕੇ ਭੇਜੋ, ਕਿ ਮੰਮੀ ਹੁਣਾਂ ਨੇ ਚੇਂਜ ਕਰਕੇ ਭੇਜਿਆ, ਇੱਦਾਂ ਰੋਜ਼ ਦੇ ਦਿਆ ਕਰਨੇ ਕਿਉਂਕਿ ਫਿਰ ਕੱਪੜੇ ਗੰਦੇ ਹੁੰਦੇ ਨਾ ਬੱਚਿਆਂ ਦੇ, ਚੰਗਾ ਲਾਉਣਾ ਹੈ ਨਾ। ਬਈ ਸਾਡੀ ਅਨਾਸ ਕੌਰ ਨੇ ਆਪਣਾ ਸਕੂਲ ਦਾ ਹੋਮਵਰਕ ਵੀ ਕਰ ਲਿਆ ਅਤੇ ਟਿਊਸ਼ਨ ਦਾ ਜਿਹੜਾ ਹੋਮਵਰਕ ਮਿਲਿਆ ਸੀ ਉਹ ਵੀ ਕਰ ਲਿਆ, ਵੈਰੀ ਗੁੱਡ ਕਲੈਪਿੰਗ। ਮੈਂ ਇਹਦੇ ਲਈ ਚੀਜ਼ੀ ਲਿਆਈ ਸੀ, ਹੁਣ ਦੇਣੀ ਆ, ਮੈਨੂੰ ਇਹੀ ਲਾਲਚ ਦੇ ਕੇ ਹੋਮਵਰਕ ਕਰਾਇਆ, ਹਾਂ ਕਿ ਮੈਂ ਤੇਰੇ ਲਈ ਚੀਜ਼ੀ ਲਿਆਈ ਹਾਂ, ਅਜੇ ਤਾਂ ਹੋਮਵਰਕ ਨਹੀਂ ਕੀਤਾ ਅਤੇ ਮੈਂ ਤੈਨੂੰ ਚੀਜ਼ੀ ਨਹੀਂ ਲਾਉਂਗੀ। ਅਤੇ ਫਿਰ ਇਹ ਸੋਚ ਕੇ ਜੋ ਹੈ ਇਹਨੇ ਟਿਊਸ਼ਨ ਦਾ ਹੋਮਵਰਕ ਵੀ ਕਰ ਲਿਆ ਅਤੇ ਸਕੂਲ ਦਾ ਹੋਮਵਰਕ ਵੀ ਕਰ ਲਿਆ, ਮੇਰਾ ਪਿਆ ਹਜੇ ਮੈਂ ਡੱਬੇ ਡੁੱਬੇ ਕੁਛ ਨਹੀਂ ਕੱਢੇ ਹੈਗੇ, ਅਤੇ ਹੁਣ ਮੈਂ ਇਹਨੂੰ ਜੋ ਹੈ ਚੀਜ਼ ਦੂੰ, ਮੇਰੀ ਚਾਬੀ ਬੈਂਕ ਦੀ, ਅੱਜ ਮੈਂ ਮਸਕਾ ਚਸਕਾ ਲਈ ਸੀ, 5 ਲਿੱਤੇ ਸੀ 10-10 ਵੇਲੇ, ਅੱਜ ਮੈਂ ਨਾ ਸਵੇਰੇ ਜਿੱਦਾਂ ਤੁਹਾਨੂੰ ਦੱਸਦੀ ਸੀ ਨਾ ਮੈਂ ਕੁਛ ਖਾ ਕੇ ਨਹੀਂ ਗਈ ਸੀ, ਅਤੇ ਫਿਰ ਮੈਂ ਜਾ ਕੇ ਚਾਹ ਬਣਵਾਈ, ਨਾਲ ਮੈਂ ਮਸਕਾ ਚਸਕਾ ਖਾ ਲਏ ਸੀਗੇ।
ਮੈਂ ਘਰ ਲਈ ਵੀ ਲਿਆਈ ਸੀ ਕਿਉਂਕਿ ਘਰੇ ਬਿਸਕਿਟ ਖਾਧਾ ਮੈਂ, ਹੁਣ ਆਪਾਂ ਥੋੜ੍ਹੇ ਦਿਨਾਂ ਤੱਕ ਡੀਮਾਰਟ ਜਾ ਕੇ ਫਿਰ ਸਮਾਨ ਸਮੂਨ ਲਿਆਵਾਂਗੇ। ਸਰਪ੍ਰਾਈਜ਼ ਚੋਕਲੇਟ ਵੀ ਲਾ ਦਿਓ, ਆਈਸ ਕਲੋਜ਼ ਕਰ ਚੱਲੇ ਜੀ, ਚੋਕਲੇਟ ਦੇ ਸੋਚੀ ਪਈ ਆ, ਖੋਲੀ ਨਾ ਆਈਸ। ਅੱਛਾ ਜੀ, ਆਪ ਵੀ ਬਹੁਤ ਅੱਛੇ ਹੋ ਲੱਡੂ। ਮੇਰੇ ਲਈ ਵੀ ਕੁਛ ਲਾਇਓ, ਕਿਆ ਲਾਇਓ ਰੱਖ ਦਵਾਂ। ਚਲੋ ਜੀ, ਹਰਜੀਤ ਚਾਹ ਲੈ ਗਿਆ ਆ ਤੇ ਹੁਣ ਮੈਂ ਕੜੀ ਬਣਾਉਣ ਦੀ ਤਿਆਰੀ ਕਰਦੀ ਹਾਂ, ਹੈ ਨਾ। ਲਸਣ ਲੁਸਣ ਕੱਟੀਏ, ਕੜੀ ਕੁੜੀ ਬਣਾਈਏ, ਫਿਰ ਟਾਈਮ ਨਾਲ ਬਣਾਵਾਂਗੀ, ਤਾਂ ਹੀ ਮੰਮੀ ਕੋਲ ਜਾਵਾਂਗੀ, ਹੈ ਨਾ। ਅੱਛਾ ਠੀਕ ਹੈ। ਲਓ ਜੀ, ਮੇਰੀ ਕੜੀ ਬਣਨੀ ਪ੍ਰੋਸੈਸ 'ਚ ਚੱਲਦੀ ਪਈ ਹੈ, ਇੱਥੇ ਸੀਟੀ ਵੱਜੂਗੀ। ਹੁਣ ਅਸੀਂ ਕੜੀ ਕੁੱਕਰ 'ਚ ਬਣਾਉਂਦੇ ਹਾਂ ਅਤੇ ਇੱਥੇ ਬੈਟਰ ਰੇਡੀਓ 'ਤੇ ਸੀਟੀ ਵੱਜੂਗੀ ਅਤੇ ਇੱਥੇ ਮੈਂ ਹੁਣ ਪਕੌੜੇ ਤਲਦੀ ਪਈ ਹਾਂ। ਖਲਾਰਾ ਮੈਂ ਵਾਧੂ ਪਾ ਲਿਆ ਹੋਇਆ ਆ, ਹੁਣ ਸਾਰਾ ਖਲਾਰਾ ਜੋ ਹੈ ਰੋਟੀਆਂ ਰੋਟੀਆਂ ਬਣਾ ਕੇ ਪੂਰੀ ਕਿਚਨ ਸਾਫ਼ ਹੋਊਗੀ। ਅਤੇ ਮੈਂ ਆਲੂ ਮੰਗਾਏ ਸੀ, ਹਰਜੀ ਕਦੋਂ ਸਬਜ਼ੀ ਵੀ ਲਿਆਇਆ, ਅਰਬੀ ਅਤੇ ਭਿੰਡੀ। ਓਏ ਕੀ ਖਾ ਰਿਹਾ ਜੀ, ਗੰਦਿਆ 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 ਗੰਦਿਆ, ਗੋਦੀ ਨਹੀਂ ਚੱਕ ਸਕਦੀ ਮੈਂ, ਤੇਲ ਹੈਗਾ ਇੱਥੇ। ਨਾ 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 ਬੇਟਾ ਨਾ, ਜਾ ਤੂੰ ਪਹਿਲਾਂ ਮੇਰਾ ਫੋਨ ਲੈ ਜਾ, ਤੂੰ ਥੋ ਬੇਸਣ ਲੱਗ ਗਈ, ਦੇਖੋ ਸਿਰ ਕੱਟ ਕਰਕੇ ਜਾਂਦੀ, ਫਿਰ ਮੈਂ ਮਾਰੂੰਗੀ, ਫਿਰ ਦੇਖ ਲਾ। ਖਾਣ ਦੀ ਚੀਜ਼ ਨਹੀਂ ਹੈ, ਦੱਸੋ ਇਹੋ ਜਿਹੇ ਬੱਚੇ ਦੇ ਨਾਲ ਉੱਪਰੋਂ ਕੰਮ ਕਰਨਾ ਕਿੱਡਾ ਔਖਾ। ਚੱਲ ਬੈਠ ਅੰਦਰ ਤੂੰ, ਚੱਲ ਆ ਜਾ। ਲਓ ਜੀ, 8:30 ਵੱਜ ਗਏ ਆ ਅਤੇ ਮੈਂ ਕੜੀ ਬਣਾ ਕੇ ਫੁਲਕੇ ਬਣਾ ਕੇ ਬਿਲਕੁਲ ਰੇਡੀ ਹਾਂ। ਮੇਰੀ ਬੁਰੀ ਹਾਲਤ ਹੋ ਗਈ, ਪੈਂਟ ਟੋਪ ਗਰਮੀ, ਬਹੁਤ ਜ਼ਿਆਦਾ ਥੱਕ ਗਈ ਹਾਂ। ਚਲੋ ਕੜੀ ਦਿਖਾਉਂਦੀ ਹਾਂ, ਕਹਿੰਦਾ ਜੀ ਪਹਿਲੀ ਵਾਰ ਜ਼ਿੰਦਗੀ 'ਚ ਆਪ ਕੜੀ ਬਣਾਈ ਆ। ਮੈਂ ਬਸ ਮੰਮੀ ਤੋਂ ਮਾੜਾ ਜਿਹਾ ਪੁੱਛਿਆ ਹੀ ਸੀਗਾ ਲੱਸੀ ਦੀ, ਅਤੇ ਥੋੜ੍ਹੀ ਜਿਹੀ ਲੱਸੀ ਨਾ ਮੈਂ ਇਹਦੇ 'ਚ ਪਾ ਰਹੀ ਹਾਂ ਬੋਟਲ 'ਚ ਇਹਦੇ 'ਚ, ਅਤੇ ਮੈਂ ਕਿਹਾ ਥੋੜ੍ਹੀ ਜਿਹੀ ਭਰ ਕੇ ਰੱਖਦੇ ਹਾਂ, ਹੈ ਨਾ। ਅਤੇ ਫੁਲਕੇ ਬਣ ਚੁੱਕੇ ਆ, ਚਾਵਲ ਵੀ ਪਏ ਹੋਏ ਆ, ਚਾਵਲ ਵੀ ਬਣਾਏ ਸੀਗੇ ਮੈਂ। ਅਤੇ ਹੁਣ 5 ਮਿੰਟ ਬਹਿ ਕੇ, ਅਰਨਾਜ਼ ਨਾ ਸੋ ਗਈ ਸੀਗੀ ਅਤੇ ਹੁਣ ਮੈਂ ਅਰਨਾਜ਼ ਨੂੰ 5 ਮਿੰਟ ਹੀ ਸੁੱਤੀ ਸੀਗੀ, ਮੈਂ ਫੁਲਕੇ ਬਣਾ ਰਹੀ ਸੀ, ਮੈਂ ਕਿਹਾ ਇਹਦੀ ਆਵਾਜ਼ ਨਹੀਂ ਆ ਰਹੀ, ਜਦ ਮੈਂ ਆ ਕੇ ਦੇਖਿਆ ਤਾਂ ਸੁੱਤੀ ਹੋਈ ਸੀ। ਅਤੇ ਹੁਣ ਮੈਂ ਉਠਾ ਕੇ ਮੰਮੀ ਪਾਪਾ ਕੋਲ ਭੇਜਿਆ ਕਿ ਜਾ, ਐਡਾ ਫੋਨ ਤੱਕਾ ਬੈਲ ਅਤੇ ਬੈਲ ਮਾਰੀ ਹੁੰਦਾ। ਚਲੋ ਦੇਖ ਰਹੀ ਹਾਂ ਆਪਾਂ, ਹਰਜੀ ਦੇ ਕੋਈ ਸੀਗੇ ਸਮਾਨ ਸਮੂਨ ਦੇਣ ਆਏ ਸੀ, ਅਤੇ ਫਿਰ ਮੈਂ ਹੁਣ ਮੈਂ ਉਹਨੂੰ ਮੰਮੀ ਪਾਪਾ ਕੋਲ ਭੇਜਤਾ। ਅਤੇ ਹੁਣ ਮੈਂ ਕਿਹਾ 5 ਮਿੰਟ ਬਹਿ ਕੇ ਅਤੇ ਮੈਂ ਲਾਈਟਾਂ ਲੂਟਾਂ ਬੰਦ ਕਰਾਂ, ਰੋਟੀ ਸਬਜ਼ੀ ਪੈਕ ਕਰਕੇ ਜਾਂਦੀ ਹਾਂ ਉੱਥੇ, ਨਾਲ ਮਿਲਾਵਾਂਗੀ। ਜ਼ਿਆਦਾ ਦਿਨ ਨਹੀਂ ਬੈਠਾਂਗੀ, 1.5 ਘੰਟੇ ਬੈਠਾਂਗੀ, ਕਿਉਂਕਿ ਫਿਰ ਨਾਲ ਵੀ ਰੋਟੀ ਰੋਟੀ ਖਵਾਵਾਂਗੀ, ਫਿਰ ਆਪ ਖਾਵਾਂਗੇ, ਕਿਉਂਕਿ ਫਿਰ ਮੇਰੀ ਰੋਟੀ ਵੀ ਰੋਜ਼ ਲੇਟ ਹੋ ਜਾਂਦੀ ਹੈ, ਹੈ ਨਾ।
ਲਓ ਜੀ ਮੈਂ ਕੜੀ ਪੈਕ ਕਰ ਲਈ, ਫੁਲਕੇ ਪੈਕ ਕਰ ਲਏ, ਚਾਵਲ ਮੈਂ ਥੋੜ੍ਹੇ ਜਿਹੇ ਗਰਮ ਹੋਣ ਲਈ ਰੱਖੇ ਹੋਏ ਆ, ਵਾਈਟ ਰਾਈਸ, ਬਾਕੀ ਮੈਂ ਸਾਡੇ ਲਈ ਇੱਥੇ ਛੱਡ ਤੇ ਬੱਚੇ ਸਾਡੇ ਤੋਂ ਜਿਹੜਾ ਖਾਊਗਾ ਖਾਊਗਾ, ਠੀਕ ਹੈ ਜਿੰਨੇ ਖਾਏ ਗਏ, ਬਾਕੀ ਮੈਂ ਕੱਲ੍ਹ ਲੰਚ ਵਿੱਚ ਲੈ ਜਾਂਦੀ ਹਾਂ ਨਾਲ, ਹੈ ਨਾ। ਅਤੇ ਪੈਕ ਪੁੱਕ ਕਰਕੇ ਤਾਲਾ ਤੂਲਾ ਮਾਰ ਕੇ ਮਿਲਦੇ ਹਾਂ ਤੁਹਾਨੂੰ ਸਾਰਾ ਸਮਾਨ ਸਮੂਨ ਪੈਕ ਕਰਕੇ। ਹਾਂਜੀ ਫਿਰ ਦੋਸਤੋ ਸਤਿ ਸ਼੍ਰੀ ਅਕਾਲ ਅਤੇ ਨਮਸਤੇ, ਸਵੇਰ ਹੋ ਚੁੱਕੀ ਹੈ। ਮਠਾਈ ਮਠਾਈ ਖਾਧੀ, ਲੱਡੂ ਲੱਡੂ ਖਾਧੇ, ਚਾਹ ਪਾਣੀ ਪੀਤਾ, ਪੀ ਲਓ ਫਟਾਫਟ, ਸਵੇਰ ਹੈ। ਅਤੇ ਕੀ ਕਹਿੰਦੇ ਆ ਯਾਰ, ਮੈਂ ਲਿਪਸਟਿਕ ਲਿਪਸਟਿਕ ਨਹੀਂ ਲਾਈ, ਮੈਨੂੰ ਟਾਈਮ ਨਹੀਂ ਮਿਲਿਆ, ਮੈਂ ਬੈਂਕ ਜਾ ਕੇ ਲਾਉਂਗੀ। ਅਤੇ ਕੱਲ੍ਹ ਨਾ ਮੈਂ, ਤੁਸੀਂ ਰਾਤੀ ਦੇਖਿਆ, ਮੈਂ ਰੋਟੀ ਰੋਟੀ ਪੈਕ ਕਰਕੇ ਮੰਮੀ ਉਹਨਾਂ ਦੀ ਲੈ ਕੇ ਗਈ, ਉਸ ਤੋਂ ਬਾਅਦ ਮੈਂ ਸ਼ੂਟ ਨਹੀਂ ਕਰ ਪਈ ਕਿਉਂਕਿ ਮੈਂ ਜ਼ਿਆਦਾ ਦੇਰ ਬੈਠੀ ਨਹੀਂ ਸੀ, ਅੱਧਾ ਪੌਣਾ ਘੰਟਾ ਹੀ ਬੈਠੀ ਸੀ ਕਿਉਂਕਿ ਮੈਂ ਵੀ ਰੋਟੀ ਖਾਣੀ ਸੀ, ਅਨਾਜ਼ ਨੂੰ ਵੀ ਖਵਾਉਣੀ ਸੀਗੀ, ਮੈਂ ਫਿਰ ਸਾਰਿਆਂ ਨੂੰ ਰੋਟੀ ਖਵਾ ਕੇ ਆ ਗਈ। ਫਿਰ ਅਸੀਂ ਖਾ ਖੂ ਕੇ, ਤੁਸੀਂ ਮੰਨੋਗੇ 10:30-11 ਤੱਕ ਸੋ ਵੀ ਗਏ ਸੀ ਅਨਾਜ਼ ਨੂੰ, ਮੈਂ 10:30 ਤੱਕ ਹਾਂ ਸੋ ਗਏ ਸੀਗੇ। ਨੀਂਦ ਆ, ਇੰਨੀ ਤੇਜ਼ ਨੀਂਦ ਆ ਰਹੀ ਸੀ, ਇੰਨੀ ਤੇਜ਼ ਕਿ ਅਸੀਂ ਦੋਨੋਂ ਸੋ ਗਏ ਸੀ। ਅਤੇ ਹੁਣ ਆਪਾਂ ਚੱਲਿਆ ਕੰਮ 'ਤੇ, ਅਨਾਜ਼ ਸਾਡੇ ਨਾਲ ਚੱਲਿਆ ਮੈਨੂੰ ਛੱਡ ਕੇ, ਫਿਰ ਵਾਪਸੀ 'ਚ ਇਹਨੂੰ ਟਿਊਸ਼ਨ ਟਿਊਸ਼ਨ ਕਰੀਆਂ, ਸਕੂਲ ਛੱਡ ਦੇਣਗੇ ਜੀਤ। ਲੱਡੂ ਕੀ ਕਰਦਾ ਪੁੱਤਰ? ਉਸਕੇ ਬਾਅਦ ਸ਼ਾਮ ਕੋ ਟਿਊਸ਼ਨ, ਲੱਡੂ ਸਾਡਾ ਟਿਊਸ਼ਨ ਜਾਣਾ ਟਿਊਸ਼ਨ ਮੈਂ ਦਾਦੂ ਜਾਂ ਚਾਚੂ, ਅਬ ਆਪ ਸਕੂਲ ਸੇ ਚਲੇ ਜਾਓਗੇ ਦਾਦੀ ਕੇ ਪਾਸ, ਹੈ ਨਾ, ਫਿਰ ਆਪਕੋ ਦਾਦੂ ਜਾਂ ਚਾਚਾ ਟਿਊਸ਼ਨ ਛੋੜ ਦੇਗੇ 4 ਵਜੇ, ਠੀਕ ਹੈ। ਹਾਂ ਲੱਡੂ ਸਾਡਾ ਪੜ੍ਹਨ ਲੱਗ ਗਿਆ ਹੁਣ ਬਈ, ਛੋਣਾ। ਅੱਛਾ ਅਤੇ ਬਹੁਤ ਸਾਰੇ ਜਣੇ ਨਾ ਯਾਰ ਪੁੱਛ ਰਹੇ ਹੈਗੇ ਆ ਕੀ ਹੋਇਆ ਤੁਹਾਡੇ ਨਾਲ, ਹੈ ਨਾ, ਆਂਟੀ ਜੀ ਦੇ ਮੰਮੀ ਦੇ ਜਿੱਦਾਂ ਸੱਟ ਕਿੱਦਾਂ ਲੱਗੀ ਤੁਹਾਡੇ ਨਾਲ, ਮਨਾਲੀ 'ਚ ਕੀ ਹੋਇਆ। ਸੋ ਅਸੀਂ ਨਾ ਦੱਸਾਂਗੇ ਟਾਈਮ ਆਉਣ 'ਤੇ ਦੱਸਾਂਗੇ, ਹਜੇ ਦੱਸਣ ਦਾ ਟਾਈਮ ਨਹੀਂ ਆਇਆ, ਹੈ ਨਾ। ਅਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਸਾਡੇ ਨਾਲ ਹੋਇਆ ਕੀ ਸੀਗਾ, ਅਤੇ ਉਹ ਚੀਜ਼ ਫਿਰ ਤੁਹਾਡੇ ਨਾਲ ਅੱਗੇ ਵਲੌਗ ਸ਼ੇਅਰ ਕਰਾਂਗੇ। ਥੋੜ੍ਹਾ ਜਿਹਾ ਟਾਈਮ ਹੈ ਉਸ ਚੀਜ਼ ਨੂੰ, ਮੰਮਾ ਇੱਕ ਵਾਰੀ ਪ੍ਰੋਪਰ ਠੀਕ ਹੋ ਜਾਣ, ਫਿਰ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਐਗਜੈਕਟ ਸਾਡੇ ਨਾਲ ਕੀ ਹੋਇਆ ਸੀ, ਠੀਕ ਹੈ। ਫਿਰ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਵੀ ਕਿ ਸਾਡੇ ਨਾਲ ਹੋਇਆ ਕੀ ਸੀ, ਕਿਉਂਕਿ ਆਪਣੇ ਕੋਲ ਹੈਗੀਆਂ ਵੀਡੀਓਜ਼ ਵਗੈਰਾ ਸਾਰਾ ਕੁਛ, ਅਤੇ ਉਹ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ। ਅਤੇ ਬਟ ਹੁਣ ਬਹੁਤ ਸਾਰੇ ਜਣੇ ਫਿਰ ਹੁਣ ਇਹ ਵੀ ਪੁੱਛਦੇ ਆਂਟੀ ਠੀਕ ਨੇ, ਮੈਨੂੰ ਬਹੁਤ ਮੈਸੇਜਸ ਆਉਂਦੇ ਆ, ਸੋ ਮੰਮੀ ਨੂੰ ਫਰਕ ਹੈਗਾ, ਫਸਟ ਡਰੈਸਿੰਗ ਹੋ ਚੁੱਕੀ ਆ, ਤੁਸੀਂ ਦੇਖਿਆ ਹੀ ਸੀਗਾ। ਬਾਕੀ ਹੁਣ ਮੰਮੀ ਦੇ ਨਾ ਟਾਂਗਿਆਂ 'ਤੇ ਖਾਰਿਸ਼ ਹੋਣੀ ਸ਼ੁਰੂ ਹੋ ਗਈ, ਮੈਂ ਕਿਹਾ ਮੰਮੀ ਮਤਲਬ ਤੁਹਾਡੇ ਟਾਂਗੇ ਸੁੱਕਣ ਲੱਗ ਗਿਆ, ਹੁਣ ਜਦੋਂ ਖਾਰਿਸ਼ ਹੋਣਾ ਸਟਾਰਟ ਹੋ ਜਾਏ ਨਾ, ਇਹਦਾ ਮਤਲਬ ਹੁੰਦਾ ਕਿ ਟਾਂਗੇ ਸੁੱਕਣ ਲੱਗ ਗਏ ਨੇ, ਰਿਕਵਰੀ ਹੋ ਰਹੀ ਹੈ, ਟੱਚ ਵੁੱਡ, ਅਸੀਂ ਇਹੀ ਕਹਿੰਦੇ ਹਾਂ ਫਟਾਫਟ ਮੰਮੀ ਰਿਕਵਰੀ ਕਰ ਲਏ, ਕਿਉਂਕਿ ਮੰਮੀ ਦਾ ਵੀ ਨਾ ਦੇਖੋ ਯਾਰ, ਤਾਇਆ ਜਿਗਰ ਮੈਂ ਤੁਹਾਨੂੰ ਕੱਲ ਪਰਸੋਂ ਵਾਲੇ ਵਲੌਗ 'ਚ ਵੀ ਦੱਸਿਆ ਸੀ, ਕੋਈ ਕਿਸੇ ਚੀਜ਼ ਦੀ ਰੋਕ ਟੋਕ ਨਹੀਂ ਹੈ, ਹੈ ਨਾ, ਜਿੱਦਾਂ ਮਰਜ਼ੀ ਆਓ ਖਾਓ ਪੀਓ ਖਾਣਾ ਪੀਣਾ। ਹੁਣ ਮੈਂ ਦੁੱਧ ਵੀ ਇੱਥੋਂ ਭੇਜ ਰਹੀ ਹਾਂ, ਮੈਂ ਕਿਹਾ ਬਾਹਰੋਂ ਕਿਉਂ ਖਰੀਦਣਾ, ਕਿਉਂਕਿ ਘਰੇ ਤਾਂ ਦੁੱਧ ਆਉਂਦਾ ਹੀ ਹੈ ਨਾ, ਸਾਰਾ ਕੁਛ ਆਉਂਦਾ, ਰਾਤੀ ਰੋਟੀ ਬਣਾ ਕੇ ਦੇ ਦਿੰਦੀ ਹਾਂ। ਦੁਪਹਿਰ ਦਾ ਕੀ ਕਰਦਾ ਨਾ, ਹੁਣ ਮੈਂ ਸਵੇਰੇ ਨਾਸ਼ਤੇ 'ਚ ਪਰੌਂਠੇ ਬਣਾਉਣ ਨੂੰ ਯਾਰ ਟਾਈਮ ਲੱਗਦਾ, ਹੈ ਨਾ, ਅਤੇ ਮੈਂ ਫੁਲਕੇ ਬਣਾ ਦਿੰਦੀ ਹਾਂ, ਅਤੇ ਉਹਨਾਂ ਦਾ ਦੁਪਹਿਰ ਦਾ ਅਤੇ ਮੋਰਨਿੰਗ ਦਾ ਬ੍ਰੇਕਫਾਸਟ ਆਰਾਮ ਨਾਲ ਹੋ ਜਾਂਦਾ, ਹੈ ਨਾ। ਫਿਰ ਸ਼ਾਮੀ ਮੈਂ ਚੱਲੀ ਜਾਂਦੀ ਹਾਂ, ਰਾਤੀ ਰੋਟੀ ਬਣਾ ਕੇ ਲੈ ਜਾਂਦੀ ਹਾਂ, ਲਿਪਸਟਿਕ ਲਾਈ ਨਹੀਂ, ਮੂੰਹ ਨਹੀਂ ਹਜੇ, ਲੱਡੂ ਛਾਦਾ ਦੇ ਦੀ ਛੂਲ ਲਈ, ਆਹ ਦੇਖੋ ਛੂਲ ਚੱਲਾ ਸ਼ੋਨਾ, ਮੇਰਾ ਛੂਲ ਸਕੂਲ ਚੱਲਾ ਸੀ, ਲਾਡੋ ਰਾਣੀ ਆ ਸਾਡੀ, ਲਾਡਾ ਨਾ ਪਾਲੀਏ, ਸਾਰੇ ਮਾਂ ਪਿਓ ਸਾਰੇ ਦਾਦਾ ਦਾਦੀ ਆਪਣੇ ਪੋਤਾ ਪੋਤੀ ਨੂੰ ਮਾਂ ਪਿਓ ਆਪਣੇ ਬੱਚਿਆਂ ਨੂੰ ਲਾਡਾ ਨਾਲ ਪਾਲਦੇ ਆ, ਹੈ ਨਾ। ਲੱਡੂ ਕੱਟੂ ਕਰ ਨਾ, ਲੱਡੂ ਕੱਟੂ, ਪਾਪਾ ਨੇ ਗੁੱਤ ਖਿੱਚਤੀ ਯਾਰ ਤੇਰੀ, ਬਸ ਥੋੜ੍ਹੀ ਜਿਹੀ ਸ਼ਰਾਰਤੀ ਜ਼ਿਆਦਾ ਹੈ, ਪਰ ਵਿਚਾਰੀ ਬਹੁਤ ਮਤਲਬ ਸਮਝਦਾਰ ਵੀ ਹੈਗੀ ਹੈ, ਥੋੜ੍ਹਾ ਜਿਹਾ ਇਹਦੇ 'ਚ ਪੋਲਾਪਨ ਵੀ ਹੈਗਾ, ਬਸ ਸ਼ਰਾਰਤੀ ਜ਼ਿਆਦਾ ਹੈ, ਬਸ ਹੋਰ ਕੁਛ ਨਹੀਂ, ਚਤਰੋ ਕਹਿੰਦੇ ਨਾ ਚਤਰੋ ਉਹ ਹੈਗੀ ਹੈ। ਅਤੇ ਬਸ ਅੱਜ ਅਨਾਜ਼ ਨੇ ਲੈ ਕੇ ਜਾਣੀ ਅਸੀਂ ਆਲੂ ਪੂੜੀ,
ਅੱਜ ਅਨਾਜ ਦੇ ਟਿਫਨ ਚ ਆਲੂ ਪੂਰੀ ਆ, ਦੇਖੋ ਖਾ ਕੇ ਆਉਂਦੀ ਹੈ ਕਿ ਨਹੀਂ। ਸੋ ਬ੍ਰੇਕਫਾਸਟ ਵਗੈਰਾ ਉਹ ਕੱਲ ਇਹਨਾਂ ਤਾਂ ਘਰੇ ਖਾਂਦੇ ਨਹੀਂ ਆ, ਇਹਨਾਂ ਨੇ ਤਾਂ ਘਰ ਦਾ ਸੁਨਿਆਸ ਦਿੱਤਾ ਹੋਇਆ ਬਾਹਰੋਂ ਹੀ ਖਾਂਦੇ, ਕਿਉਂਕਿ ਇਹਨਾਂ ਦੀ ਡਾਇਟਿੰਗ ਚੱਲ ਰਹੀ ਹੈ, ਡਾਇਟ ਡੂਟ ਦਾ ਸਮਾਨ ਖਾਂਦੇ ਆ ਬਾਹਰੋਂ। ਕਿਉਂਕਿ ਜਿੰਨੀ ਮੇਰੀ ਭੱਜ ਦੌੜ ਹਜੇ ਫਿਲਹਾਲ ਹੋ ਰਹੀ ਹੈ ਨਾ, ਮੈਨੂੰ ਰੋਟੀ ਚਾਹੀਦੀ, ਰੋਟੀ ਖਾਣੀ ਹੈ। ਸਾਡੀ ਇਸ ਮਹੀਨੇ ਸਾਡੇ ਨਾ ਕ੍ਰਿਸਮਸ ਕਹਿੰਦੇ ਨੇ ਐਨ ਲੱਗੇ ਹੋਏ ਨੇ ਕੱਲ ਨਾ, ਬਹੁਤ ਜ਼ਿਆਦਾ ਸਭ ਤੇ ਬਹੁਤ ਭੱਜ ਦੌੜ ਹੁੰਦੀ ਆ, ਬਹੁਤ ਜ਼ਿਆਦਾ ਸਵੇਰੇ ਉੱਠ ਕੇ। ਹੁਣ ਮੈਂ ਸਭ ਤੋਂ ਪਹਿਲਾਂ ਕੀ ਕਰਦੀ ਹਾਂ, ਸਭ ਤੋਂ ਪਹਿਲੇ ਸਬਜ਼ੀ ਮੈਂ ਰਾਤੀ ਜ਼ਿਆਦਾ ਬਣਾ ਲੈਂਦੀ ਹਾਂ, ਸਭ ਤੋਂ ਪਹਿਲਾਂ ਮੈਂ ਫੁਲਕੇ ਬਣਾ ਲੈਂਦੀ ਹਾਂ ਘਰਦਿਆਂ ਦੇ ਸਾਰਿਆਂ ਦੇ, ਫਿਰ ਮੈਂ ਆਪਣੀ ਬਣਾਉਂਦੀ ਹਾਂ, ਫਿਰ ਇਹਦੀ ਬਣਾਉਂਦੀ ਹਾਂ, ਸਭ ਪੈਕ ਕਰ ਲਿਆ, ਕਰਦੇ ਕਰਦੇ ਮੈਨੂੰ 8-8:30 ਹੋ ਜਾਂਦੇ ਆ। ਉਸ ਤੋਂ ਬਾਅਦ ਮੈਂ ਨਹਾ ਜੀਤ ਨੂੰ ਉਠਾਉਂਦੀ ਹਾਂ, ਫਿਰ ਆਪ ਨਹਾਉਂਦੀ ਹਾਂ। ਅੱਜ ਜੀਤ ਨੇ ਕਿਹਾ ਮੈਂ ਇਹਨੂੰ ਨਹਾਵਾਂਗਾ, ਲੇਕਿਨ ਇਹ ਨਹਾਈ ਨਹੀਂ ਜੀਤ ਕੋਲੋਂ, ਮੇਰੇ ਕੋਲੋਂ ਹੀ ਨਹਾਈ। ਫਿਰ ਇਹਨੂੰ ਤਿਆਰ ਸ਼ਿਆਰ ਕੀਤਾ, ਕੰਘੀ ਕੰਘੀ ਕਰਕੇ ਫਿਰ ਆਪਾਂ ਕੰਮ 'ਤੇ ਆ ਜਾਂਦੇ ਹਾਂ। ਫਿਰ ਜਦੋਂ ਸ਼ਾਮੀ ਜਾ ਕੇ ਸੇਮ ਰੂਟੀਨ ਆ, ਬਸ ਚਾਹ ਪੀਣੀ ਹੈ, ਉਸ ਤੋਂ ਬਾਅਦ ਫਿਰ ਰੋਟੀ ਪਾਣੀ ਸਬਜ਼ੀ ਉਬਜੀ ਕਰ ਲਓ, ਇਹੀ ਰੂਟੀਨ ਆ ਯਾਰ, ਹੋਰ ਹੈ ਵੀ ਕੀ, ਹੈ ਨਾ, ਇਹੀ ਕੁਛ ਕਰਨਾ ਪੈਂਦਾ। ਸੋ ਥੋੜ੍ਹਾ ਜਿਹਾ ਵੇਟ ਕਰੋ, ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਸਾਡੇ ਨਾਲ ਉੱਥੇ ਕੀ ਹੋਇਆ ਸੀ, ਐਗਜੈਕਟ ਕਿਵੇਂ ਹੋਇਆ, ਕੀ ਹੋਇਆ, ਕੀ ਹੋਇਆ, ਸਭ ਕੁਛ ਸਾਰਾ ਕੁਛ ਦੱਸਾਂਗੇ। ਔਰ ਮੈਨੂੰ ਪਤਾ ਤੁਸੀਂ ਸਾਰੇ ਮਤਲਬ ਹੈਰਾਨ ਹੋ ਜਾਓਗੇ ਦੇਖ ਕੇ ਕਿ ਹਾਂ ਇੱਦਾਂ ਦਾ ਵੀ ਕੁਛ ਹੋ ਸਕਦਾ ਆ। ਅਤੇ ਚਲੋ ਮੈਂ ਨਾ ਇਹ ਵਾਲਾ ਵਲੋਗ ਇੱਥੇ ਖਤਮ ਕਰਦੀ ਹਾਂ, ਇੰਨਾ ਹੀ ਕਬੂਲ ਕਰਿਓ ਯਾਰ ਜਿੰਨਾ ਮੈਂ ਬਣਾ ਪਾਈ ਇੰਨੇ ਬਿਜ਼ੀ ਸ਼ਡਿਊਲ 'ਚ, ਹੈ ਨਾ। ਅਤੇ ਬਾਕੀ ਅੱਜ ਸ਼ਾਮੀ ਘਰ ਜਾ ਕੇ ਫਿਰ ਨਿਊ ਵਲੋਗ ਸਟਾਰਟ ਕਰਾਂਗੀ, ਅਤੇ ਤੁਹਾਨੂੰ ਸਾਰਿਆਂ ਨੂੰ ਫਿਰ ਮੈਂ, ਅੱਛਾ ਨਹੀਂ ਨਿਊ ਵਲੋਗ ਨਹੀਂ, ਐਕਚੁਲੀ ਨਾ ਅਸੀਂ ਮਨਾਲੀ ਦੇ ਸਾਡੇ ਦੋ ਕੁ ਵਲੋਗ ਪੈਂਡਿੰਗ ਹੈਗੇ ਆ, ਇਸ ਤੋਂ ਬਾਅਦ ਨਾ ਗਾਈਜ਼ ਉਹ ਵਾਲੇ ਵਲੋਗ ਆਉਣਗੇ, ਠੀਕ ਆ, ਅਸੀਂ ਉਹ ਵੀ ਤੁਹਾਨੂੰ ਦਿਖਾ ਦਈਏ ਕਿ ਅਸੀਂ ਕੀ ਕੀਤਾ ਸੀਗਾ। ਸੋ ਕਿਉਂਕਿ ਵਿੱਚ ਮੰਮਾ ਦਾ ਦਿੱਕਤ ਹੋ ਗਈ ਸੀ ਨਾ, ਅਤੇ ਫਿਰ ਵਲੋਗ ਪਏ ਨਹੀਂ ਸੀਗੇ, ਸੋ ਉਹ ਦੋ ਵਲੋਗ ਪੈਂਡਿੰਗ ਪਏ ਆ, ਉਹ ਵਲੋਗ ਆਉਣਗੇ, ਉਸ ਤੋਂ ਬਾਅਦ ਆਪਾਂ ਫਿਰ ਫਰੈਸ਼ ਵਲੋਗ ਲੈ ਕੇ ਆਵਾਂਗੇ ਹੁਣ ਵਾਲਾ, ਠੀਕ ਹੈ। ਸੋ ਉਹ ਦੇਖਿਓ, ਅਤੇ ਚੈਨਲ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ, ਇੰਸਟਾਗ੍ਰਾਮ 'ਤੇ ਫੋਲੋ ਕਰੋ, ਮਿਲਦੇ ਹਾਂ ਇੱਕ ਹੋਰ ਵਧੀਆ ਜਿਹੇ ਵਲੋਗ, ਬਾਏ ਬਾਏ ਬਾਏ, ਓਕੇ। ਹਾਂ ਮੈਂ ਸਕੂਲ ਜਾਊਂਗੀ, ਮੰਮੀ ਆਫਿਸ ਜਾਏਗੀ।